ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਅਪਡੇਟ ਪਾਕਿਸਤਾਨ ਨਾਲ ਮੈਂ ਹਾਂ ਪ੍ਰਵੀਨ ਮਸੂਦ ਐਸ ਵੇਲੇ ਜਦੋਂ ਸੁਪਰੀਮ ਕੋਰਟ ਆਫ ਪਾਕਿਸਤਾਨ ਦਾ ਫੈਸਲਾ ਆ ਚੁੱਕਿਆ ਹੈ ਤੇ ਇਮਰਾਨ ਖਾਨ ਹੋਰਾਂ ਦੀ ਸਿਆਸੀ ਪਾਰਟੀ ਕੋਲੋਂ ਉਹਨਾਂ ਦਾ ਬੱਲੇ ਦਾ ਨਿਸ਼ਾਨ ਖੋ ਲਿਆ ਗਿਆ ਹੈ ਤੇ ਅਮਲੀ ਤੌਰ ਤੇ ਹੁਣ ਇਮਰਾਨ ਖਾਨ ਹੋ ਰਹੀ ਆਪਣਾ ਪਲਾਨ ਬੀ ਖੇਡਣਗੇ ਜੀ ਹਾਂ ਬਿਲਕੁਲ ਜਿੰਨਾ ਜਿੰਨਾ ਉਮੀਦਵਾਰਾਂ ਨੂੰ ਉਹਨਾਂ ਨੇ ਟਿਕਟ ਦਿੱਤੇ ਸਨ ਯਾਨੀ ਕਿ ਪਾਰਟੀ ਦੇ ਟਿਕਟ ਦਿੱਤੇ ਸਨ ਚੋਣਾਂ ਵਾਸਤੇ ਉਹਨਾਂ ਨੂੰ ਹੋਣ ਉਹਨਾਂ ਨੇ ਆਖ ਦਿੱਤਾ ਕਿ ਵੀ ਤੁਸੀਂ ਸਾਰੇ ਉਮੀਦਵਾਰ ਜਿਹੜੇ ਜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣਾਂ 'ਚ ਹਿੱਸਾ ਲਓਗੇ ਇਹ ਵੇ ਜੀ ਇਮਰਾਨ ਖਾਨ ਹੋ ਰਹੇ ਦਾ ਪਲਾਨ ਬੀ ਯਾਨੀ ਕਿ ਪਲਾਨ ਏ ਦੇ ਮੁਤਾਬਿਕ ਤੇ ਚੱਲਣ ਦੇ ਸਨ ਸਿੱਧੇ ਸਿੱਧੇ ਚੱਲਣ ਦੇ ਸਨ ਪਰ ਉਹਨਾਂ ਵਾਸਤੇ ਜਿੰਨੀਆਂ ਕੋ ਓਖਲਾ ਖੜੀਆਂ ਕਰ ਦਿੱਤੀਆਂ ਗਈਆਂ ਸਨ ਜਿੰਨੀਆਂ ਕੋ ਉਹਨਾਂ ਵਾਸਤੇ ਪ੍ਰੋਬਲਮਸ ਕ੍ਰੀਏਟ ਕਰ ਦਿੱਤੀਆਂ ਗਈਆਂ ਸਨ ਉਹ ਹੁਣ ਅੱਗੇ ਜਿਹੜਾ ਵਾਅਦੇ ਵਾਸਤੇ ਉਹਨਾਂ ਨੇ ਆਪਣਾ ਪਲਾਨ ਬੀ ਦਿੱਤਾ ਹੈ ਕਿ ਜੀ ਜੇ ਬੱਲੇ ਦਾ ਨਿਸ਼ਾਨ ਨਹੀਂ ਰਿਹਾ ਤੇ ਕੋਈ ਗੱਲ ਨਹੀਂ ਸਾਡੇ ਸਾਰੇ ਉਮੀਦਵਾਰ ਜਿਹੜੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਹਿੱਸਾ ਲੈਂ ਗਏ ਚੋਣਾਂ 'ਚ ਪਰ ਪਿੱਛੇ ਨਹੀਂ ਹਟਾਂਗੇ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਇਸੇ ਤਰ੍ਹਾਂ ਬੈਰਿਸਟਰ ਗੋਹਰ ਹੋਰ ਆਨ ਦਾ ਆਖਣਾ ਹੈ ਕਿ ਅਸੀਂ ਚੋਣਾਂ 'ਚ ਹਰ ਸੂਰਤ 'ਚ ਇਸਾ ਲਵਾਂਗੇ ਡਟ ਕੇ ਮੁਕਾਬਲਾ ਕਰਾਂਗੇ ਤੇ ਆਖਰੀ ਵੇਲੇ ਤੱਕ ਖੇਡਾਂਗੇ ਤੇ ਨਾਲ ਹੀ ইমরান ਖਾਨ ਹੋਰੰਦੇ ਬਿਆਨ ਦੇ ਬਾਰੇ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਉਹਨਾਂ ਨੇ ইমরান ਖਾਨ ਹੋਰਾਂ ਨੇ ਅਡੇਆਲਾ ਜੇਲ੍ਹ ਦੇ ਵਿੱਚੋਂ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਕਿਸੇ ਦੇ ਸਾਹਮਣੇ ਝੁਕੇਗੀ ਨਹੀਂ ਲਿਫੇਗੀ ਬਲਕਿ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਜੋ ਔਖਲਾ ਸਾਡੀ ਰਾਹ ਦੇ ਵਿੱਚ ਆ ਰਹੀਆਂ ਨੇ ਅਸੀਂ ਉਹਨਾਂ ਦਾ ਡਟ ਕੇ ਮੁਕਾਬਲਾ ਕਰਾਂਗੇ ਅਸੀਂ ਕਿਸੇ ਵੀ ਚੀਜ਼ ਤੋਂ ਨਹੀਂ ਡਰਾਂਗੇ ਤੇ ਇਹੀ ਸਨੇਹਾ ਉਹਨਾਂ ਨੇ ਆਪਣੇ ਜਿਹੜੇ ਪਾਰਟੀ ਹਾਮੀ ਨੇ ਉਹਨਾਂ ਨੂੰ ਵੀ ਦਿੱਤਾ ਹੈ ਤੇ ਜਿਹੜੇ ਚੋਣਾਂ 'ਚ ਹਿੱਸਾ ਲੈਣ ਵਾਲੇ ਜਿਹੜੇ ਉਹਨਾਂ ਦੇ ਪਾਰਟੀ ਮੈਂਬਰਸ ਨੇ ਉਹਨਾਂ ਨੂੰ ਵੀ ਉਹਨਾਂ ਨੇ ਇਹੀ ਸਨੇਹਤ ਦਿੱਤਾ ਹੈ ਕਿ ਤੁਸੀਂ ਹਿੰਮਤ ਨਹੀਂ ਹਾਰਨੀ ਤੁਸੀਂ ਡਟ ਕੇ ਲੜਨਾ ਹੈ ਤੁਸੀਂ ਅੱਗੇ ਰਹਿਣਾ ਹੈ ਤੁਸੀਂ ਬਿਲਕੁਲ ਕਿਸੇ ਵੀ ਔਖਲ ਨੂੰ ਰਾਹ ਦੀ ਪੱਥਰ ਜਾਂ ਰਾਹ ਦੀ ਰਿਕਾਵਟ ਨਹੀਂ ਸਮਝਣਾ ਤੁਸੀਂ ਉਹਨਾਂ ਦੇ ਉੱਤੋਂ ਨਹੀਂ ਡੰਗ ਜਾਣਾ ਹੈਗਾ ਤੇ ਸਾਡੇ پلان ਉਹਨਾਂ ਨੇ ਇਹ ਆਖਿਆ ਕਿ ਸਾਡੇ پلان ਵੀ ਮੁਜਬ ਜਿਹੜੇ ਜਿਹੜੇ ਸਾਡੇ ਮੈਂਬਰ ਚੋਣਾਂ 'ਚ ਆਜ਼ਾਦ ਹیثیت ਨਾਲ ਲੜਨਗੇ ਸਾਨੂੰ ਪਤਾ ਹੈ ਹੁਣ ਉਹਨਾਂ ਵਾਸਤੇ ਵੀ ਔਖਲਾ ਖੜੀਆਂ ਕੀਤੀਆਂ ਜਾਣਗੀਆਂ ਬਿਲਕੁਲ ਜੀ ਜਿੱਦਾਂ ইমরান ਖਾਨ ਹੋਰਾਂ ਵਾਸਤੇ ਔਖਲਾ ਖੜੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਪਾਰਟੀ ਮੈਂਬਰਸ ਬਾਕੀ ਜਿਹੜੇ ਨੇ ਉਹਨਾਂ ਵਾਸਤੇ ਔਖਲਾ ਖੜੀਆਂ ਕੀਤੀਆਂ ਜਾ ਰਹੀਆਂ ਨੇ ਇਦਾਂ ਹੀ ਜਿਹੜੇ ਹੁਣ ਆਜ਼ਾਦ ਉਮੀਦਵਾਰ ਨੇ ਜਿਹੜੇ ਕਿ ਹੋਣਗੇ ਹੀ ਸਭ ਪੀਟੀਆਈ ਦੇਈ ਬਟ ਉਹ ਲੜਨਗੇ ਚੋਣਾਂ ਜਿਹੜੀਆਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੇ ਉਹਨਾਂ ਨੂੰ ਇਹ ਕ੍ਰਾਬ ਕਰਨ ਵਾਸਤੇ ਜਾਂ ਉਹਨਾਂ ਦੇ ਰਾਹ ਦੇ ਵਿੱਚ ਰੁਕਾਵਟ ਖੜੀ ਕਰਨ ਵਾਸਤੇ ਜਾਂ ਉਹਨਾਂ ਨੂੰ ਖੱਜਲ ਕਰਨ ਵਾਸਤੇ ਵੀ ਹੁਣ ਕੋਈ ਨਵੇਂ ਹਰਬੇ ਅਜ਼ਮਾਏ ਜਾਣਗੇ ਤੇ ਇਹ ਆਖਰਾਂ ਹੈ Imran Khan ਦਾ ਉਹਨਾਂ ਨੇ ਕਿਹਾ ਕਿ ਜੀ ਪਲਾਨ B ਤੇ ਇਹੀ ਆ ਬਟ ਸਾਡੇ ਕੋਲ 8 ਫਰਵਰੀ ਵਾਸਤੇ ਪਲਾਨ C ਵੀ ਹੈਗਾ ਤੇ ਜਿਹੜੇ ਲੋਕ ਨੇ ਜਿਹੜੇ ਸਾਡੇ ਕਹੋ ਅਗੇਂਸਟ ਨੇ ਜਿਹੜੇ ਲੋਕ ਕਹਿ ਰਹੇ ਨੇ ਕਿ ਲੋ ਜੀ ਅਸੀਂ ਹੁਣ ਇਨ ਇਸ ਪਾਰਟੀ ਨੇ ਰਹਿਣ ਦੇਣਾ ਜਾਂ ਸਾਡੇ ਇਖਲਾਸ ਚੱਲ ਰਹੇ ਨੇ ਉਹਨਾਂ ਨੂੰ ਇਹ ਦੱਸ ਦਈਏ ਕਿ ਪਲਾਨ ਸੀ ਜਿਹੜਾ ਇਦਾਂ ਦਾ ਪਲਾਨ ਹੈ ਕਿ ਜਿਹੜਾ ਤੁਹਾਡੇ ਹੋਸ਼ ਲੜਾ ਦੇਗਾ ਇਹ 8 ਫਰਵਰੀ ਨੂੰ ਪਤਾ ਲੱਗੇਗਾ ਜਨਾਬ ਕਿ ਇਮਰਾਨ ਖਾਨ ਹੋਰੀ ਜਿਹੜਾ ਪਲਾਨ ਸੀ ਦੱਸ ਰਹੇ ਨੇ ਉਹ ਕਿਹੜਾ ਹੈਗਾ ਇਹ ਹੁਣ ਮੈਂ ਸੋਚਣ ਵਾਲੀ ਗੱਲ ਇਹ ਗਈ ਕਿ ਜ਼ਾਹਰ ਉਹਨਾਂ ਵਾਸਤੇ ਔਖਲਾ ਉਹਨਾਂ ਵਾਸਤੇ ਰੁਕਾਵਟਾਂ ਜਿੰਨੀਆਂ ਵੀ ਖੜੀਆਂ ਕੀਤੀਆਂ ਜਾ ਰਹੀਆਂ ਨੇ ਉਹ ਡਟ ਕੇ ਮੁਕਾਬਲਾ ਕਰ ਰਹੇ ਨੇ ਮੇਰਾ ਖਿਆਲ ਲੱਗਿਆ ਵੀ ਕਰਦੇ ਰਹਿਣਗੇ 8 ਫਰਵਰੀ ਨੂੰ ਫੈਸਲਾ ਹੋਏਗਾ ਕਿ ਉਹ ਜਿੱਤਦੇ ਨੇ ਜਾਂ ਹਾਰਦੇ ਨੇ ਇਹ ਤੇ ਫੈਸਲਾ 8 ਫਰਵਰੀ ਨੂੰ ਹੋਏਗਾ ਪਰ ਜਿਹੜੇ ਉਹਨਾਂ ਦੇ ਹਾਮੀ ਨੇ ਉਹਨਾਂ ਦੇ ਨਾਲ ਟੁਰਨ ਡੇ ਨੇ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਦੀ ਜਿਹੜੀ ਸਾਹ ਜੁਨੀ ਤੇ ਜਿਹੜੀ ਪਿਆਰ ਮੁਹੱਬਤ ਹੈ ਉਹਦੇ 'ਚ ਘਾਟਾ ਨਹੀਂ ਆ ਰਿਹਾਗਾ ਬਿਲਕੁਲ ਜੀ ਉਸ ਵੇਲੇ ਜਿਸ ਦਿਨ ਪੂਰੇ ਪਾਕਿਸਤਾਨ ਚ ਚੋਣਾ ਹੋਣ ਜਾ ਰਹੀਆਂ ਨੇ ਉਸ ਦਿਨ ਪਲਾਨ ਸੀ ਜਿਹੜਾ ਉਹ ਸਾਹਮਣੇ ਲਿਆਂਦਾ ਜਾਏਗਾ ਸੁਣਨ ਵਾਲਿਆਂ ਨੂੰ ਇਹ ਵੀ ਦੱਸ ਦਈਏ ਕਿ ਇਮਰਾਨ ਖਾਨ ਤੋਂ ਬਾਅਦ ਹੁਣ ਉਹਨਾਂ ਦੀ ਘਰ ਵਾਲੀ ਉਹਨਾਂ ਦੀ ਘਰ ਵਾਲੀ ਜਿਹੜੀ ਬੁਸ਼ਰਾ ਬੀਬੀ ਹੋਰੀ ਉਹਨਾਂ ਦੇ ਵਾਸਤੇ ਵੀ ਔਖਲਾ ਸ਼ੁਰੂ ਕਰ ਦਿੱਤੀਆਂ ਗਿਆ ਨੇ ਉਹਨਾਂ ਨੂੰ ਵੀ ਸਿਆਸੀ ਲਾਗਤਬਾਜ਼ੀ ਦਾ ਹਿੱਸਾ ਬਣਾਇਆ ਜਾ ਰਿਹਾ ਹੈਗਾ ਯਾਨੀ ਕਿ ਪਹਿਲੇ ਤੇ ਸੀ ਵਾਰ ਜਿਹੜੇ ਕੀਤੇ ਗਏ ਉਹ ਇਮਰਾਨ ਖਾਨ ਹੋਰਾਂ ਤੇ ਉਹਨਾਂ ਦੀ ਪਾਰਟੀ ਮੈਂਬਰਸ ਤੇ ਹੁਣ ਜਨਾਬ ਅੱਗੇ ਵਾਰੀ ਆ ਗਈ ਹੈ ਜੀ ਐ ਬੁਸ਼ਰਾ ਬੀਬੀ ਹੋਰਾਂ ਦੀ ਯਾਨੀ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਜੀ ਉਹਨਾਂ ਦੇ ਕੇਸ ਸੀ ਜੀ ਇੱদ্দਤ ਪੂਰੀ ਕਰਨ ਤੋਂ ਪਹਿਲਾਂ ਨਿਕਾਹ ਵਾਲਾ ਜਿਹੜਾ ਮਾਮਲਾ ਸ਼ਰੀ ਅਦਾਲਤ ਚ ਉਹਨਾਂ ਦਾ ਚੱਲ ਰਿਹਾ ਸੀ ਕਿ ਜੀ ਉਹਨਾਂ ਨੇ ਇੱদ্দਤ ਪੂਰੀ ਹੋਣ ਤੋਂ ਪਹਿਲਾਂ ਪਹਿਲਾਂ ਇਮਰਾਨ ਖਾਨ ਹੋਰਾਂ ਦੇ ਨਾਲ ਨਿਕਾਹ ਕਰ ਲਿਆ ਸੀ ਮੈਂ ਇੱਥੇ ਥੋੜਾ ਜਿਹਾ ਕਲੀਅਰ ਕਰਦੀ ਜਮਾ ਆਪਣੇ ਸਰੋਤਿਆਂ ਨੂੰ ਕਿ ਜੀ ਮੁਸਲਮਾਨ ਧਰਮ ਦੇ ਵਿੱਚ ਇਹ ਹੁੰਦਾ ਹੈ ਕਿ ਜੀ ਜਦੋਂ ਕੋਈ ਔਰਤ ਦੇ ਘਰ ਵਾਲਾ ਚਲਾਣਾ ਕਰ ਜਾਂਦਾ ਹੈ ਜਾਂ ਉਹ ਕਿਤੇ ਤਲਾਕ ਲੈ ਲੈਂਦੀ ਹੈ ਜਾਂ ਉਹ ਡਿਵੋਰਸ ਲੈ ਕੇ ਤੇ ਸੈਪਰੇਟ ਹੋ ਜਾਂਦੀ ਹੈ ਤੇ ਉਹਨੂੰ 3 ਮਹੀਨੇ 10 ਦਿਨ ਜਿਹੜਾ ਹੈ ਆਪਣੇ ਘਰ ਦੇ ਵਿੱਚ ਰਹਿਣਾ ਪੈਂਦਾ ਸਟੇ ਕਰਨਾ ਪੈਂਦਾ ਉਸ ਤੋਂ ਬਾਅਦ ਉਹਨੇ ਕਿਸੇ ਦੂਸਰੇ ਬੰਦੇ ਦੇ ਨਾਲ ਨਿਕਾਹ ਕਰਨਾ ਹੁੰਦਾ 3 ਮਹੀਨੇ 10 ਦਿਨ ਦੀ ਜਿਹੜਾ ਇਹ ਟਾਈਮ ਪੀਰੀਅਡ ਹੁੰਦਾ ਇਹਨੂੰ ਇੱਦਤ ਦਾ ਵੇਲਾ ਕਿਹਾ ਜਾਂਦਾ ਤੇ ਇਹਨਾਂ ਤੇ ਸ਼ਰੀ ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਹੈਗਾ Imran Khan ਤੇ ਉਹਨਾਂ ਦੇ Bushra Bibi ਹੋਰਾਂ ਤੇ ਉਹਨਾਂ ਦੇ ਇਹ ਕੇਸ ਚੱਲ ਰਿਹਾ ਹੈ ਕਿ ਜੀ ਇਹਨਾਂ ਨੇ ਪਹਿਲੇ ਵਾਲੇ ਆਪਣੇ ਜਿਹੜਾ ਘਰ ਵਾਲਾ ਸੀ ਉਹਦੇ ਕੋਲੋਂ ਤਲਾਕ ਲੈਣ ਤੋਂ ਫੌਰਨ ਬਾਅਦ ਹੀ Imran Khan ਹੋਰਾਂ ਦੇ ਨਾਲ ਸ਼ਾਦੀ ਕਰ ਲਈ ਤੇ ਇਹ ਇদ্দਤ ਪੂਰੀ ਕੀਤੇ ਬਿਨਾਂ ਇਹਨਾਂ ਨੇ ਨਿਕਾਹ ਕੀਤਾ ਇਸ ਕਰਕੇ ਸ਼ਰੀ ਅਦਾਲਤ ਦੇ ਵਿੱਚ ਇਹਨਾਂ ਦਾ ਇਹ ਕੇਸ ਚੱਲ ਰਿਹਾ ਸੀ ਹੁਣ ਜਨਾਬ ਉਸ ਕੇਸ 'ਚ ਵੀ ਇਹ ਉਹਨਾਂ ਨੂੰ ਉਹਨਾਂ ਉੱਤੇ ਫਰਦੇ ਜੁਰਮ ਲਾ ਦਿੱਤੀ ਗਈ Imran Khan ਤੇ ਉਹਨਾਂ ਦੀ ਕਾਰਵਾਲੀ ਬੁਸ਼ਰਾ ਬੀਬੀ ਹੋਰਾਂ ਤੇ ਫਰਦੇ ਜੁਰਮ ਲਾ ਦਿੱਤੀ ਗਈ ਹੈ ਤੇ ਹੀ ਉਹਨਾਂ ਨੂੰ ਆਖਿਆ ਗਿਆ ਵੀ ਤੁਸੀਂ ਇদ্দਤ ਦੇ ਦੌਰਾਨ ਨਿਕਾਹ ਕੀਤਾ ਸੀ ਇਸ ਕਰਕੇ ਅਦਾਲਤ ਨੇ ਉਹਦੇ ਚ ਇਮਰਾਨ ਖਾਨ ਹੋਰਾਂ ਨੂੰ ਤੇ ਉਹਨਾਂ ਦੀ ਬੀਬੀ ਤੇ ਜਿਹੜੀ ਫਰਦੇ ਜੁਰਮ ਲਾਈ ਏ ਇਹ ਫੈਸਲਾ ਇਸ ਵੇਲੇ ਆਨ ਦਾ ਦੀ ਵਜ੍ਹਾ ਇਹ ਫੈਸਲਾ ਕਿ ਜਿਹੜਾ ਇੱਕ ਕੇਸ ਚੱਲਣ ਰਿਹਾ ਚੱਲਣ ਦਿਓ ਤੁਸੀਂ ਪਰ ਇਹਨਾਂ ਦਿਨਾਂ ਦੇ ਵਿੱਚ ਇਹ ਫੈਸਲੇ ਦੀ ਆਨ ਦੀ ਵੱਡੀ ਵਜ੍ਹਾ ਕੀ ਏ ਜੀ ਜਦੋਂ ਫਰਦੇ ਜੁਰਮ ਲੱਗ ਜਾਈਗੀ ਉਦੋਂ ਇਹ ਹੋਏਗਾ ਕਿ ਇਮਰਾਨ ਖਾਨ ਹੋਰੀ ਤੇ ਆਬਵੀਅਸਲੀ ਪਹਿਲੇ ਤੋਂ ਹੀ ਜੇਲ੍ਹ ਚ ਵਿੱਚ ਨੇ ਠੀਕ ਹੈ ਨਾ ਤੇ ਰਹਿ ਗਈ ਬੁਸ਼ਰਾ ਬੀਬੀ ਪਿੱਛੋਂ ਜਿਹੜੇ ਬਾਕੀ ਮਾਮਲਾ ਦਿੱਕਰਤਾ ਤੱਤਾ ਯਾਨੀ ਕਿ ਉਹਨਾਂ ਦਾ ਜਿਹੜਾ ਸਾਥ ਦੇਣ ਡੀਆਂ ਨੇ ਇਹ ਹੋਏਗਾ ਵੀ ਉਹਨਾਂ ਦੇ ਵੀ ਫਰਜ਼ ਦੇ ਜੁਰਮ ਲੱਗ ਕੇ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਅਡਿਆਲਾ ਜੇਲ੍ਹ ਦੇ ਵਿੱਚ ਇਸ ਕੇਸ ਦੀ ਸੁਣਵਾਈ ਹੋ ਰਹੀ ਥੀ ਵੇਲੇ ਉਸ ਵੇਲੇ ਬੁਸ਼ਰਾ ਬੀਬੀ ਹੋਰੀ ਜਦੋਂ ਪੇਸ਼ ਹੋਈਆਂ ਤੇ ਵਕਫੇ ਦੇ ਦੌਰਾਨ ਉਹਨਾਂ ਨੇ ਕੁਛ ਤਬੀਅਤ ਉਹਨਾਂ ਦੀ ਕੁਛ ਤਬੀਅਤ ਵਿਗੜੀ ਵਿਗੜੀ ਤਬੀਅਤ ਕਾਰਨ ਉੱਠ ਚੁੱਕ ਕੇ ਉੱਥੋਂ ਉੱਠ ਕੇ ਚਲੀਆਂ ਗਈਆਂ ਜਿਦੇ ਬਾਰੇ ਇਹ ਆਖਿਆ ਜਾ ਰਿਹਾ ਹੈ ਕਿ ਜਿੱਦਾਂ ਉਹਨਾਂ ਨੂੰ ਉਹਨਾਂ ਦੇ ਵਕੀਲ ਨੇ ਕੋਈ ਇਸ਼ਾਰਾ ਕੀਤਾ ਬਈ ਹੁਣ ਫਰਦੇ ਪਾਰਟੀ ਜਿਹੜਾ ਸਾਡੀ ਪਾਰਟੀ ਪੀਟੀਆਈ ਦੀ ਪਾਰਟੀ ਹੈਗੀ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਨਹੀਂ ਆ ਰਿਹਾ ਯਾਨੀ ਕਿ ইমরান ਖਾਨ ਬੁਸ਼ਰਾ ਬੀਬੀ ਹੋਰਾਂ ਦੇ ਆਕਰ ਵਿੱਚ ਇਹ ਫੈਸਲਾ ਨਹੀਂ ਆ ਰਿਹਾ ਹੈਗਾ ਤੇ ਸਾਡੇ ਤੇ ਫਰਦੇ ਜੁਰਮ ਲੱਗ ਸਕਦੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਬੁਸ਼ਰਾ ਬੀਬੀ ਹੋਰੀ ਨੇ ਉਹਨਾਂ ਨੂੰ ਉੱਥੇ ਹੀ ਫੜ ਲਿਆ ਜਾਏ ਉੱਥੇ ਹੀ ਗ੍ਰਿਫਤਾਰ ਕਰ ਲਿਆ ਜਾਏ ਇਸ ਕਰਕੇ ਬੁਸ਼ਰਾ ਬੀਬੀ ਜਦੋਂ ਵਕਫਾ ਵਿੱਚ ਹਸੀਨ ਸੁਣਾਈ ਦਾ ਉਸ ਵੇਲੇ ਵਕਫੇ ਦੇ ਦੌਰਾਨ ਉਹਨਾਂ ਦੀ ਤਬੀਅਤ ਖਰਾਬ ਹੋਈ ਤੇ ਉਹ ਤੋਂ ਚਲੀ ਗਈਆਂ ਮਕੱਫੇ ਦਾ ਵੇਲਾ ਜਦੋਂ ਖਤਮ ਹੋਇਆ ਤੇ ਉਸ ਤੋਂ ਬਾਅਦ ਜੱਜ ਨੇ ਪੁੱਛਿਆ ਵਕੀਲ ਨੂੰ ਕਿ ਬਈ ਹਾਂ ਜੀ 부ਸ਼ਰਾ ਬੀਬੀ ਹੋਰੀ ਕਿੱਥੇ ਨੇ ਕਿਉਂਕਿ ਫਰਦੇ ਜੁਰਮ ਉਸ ਵੇਲੇ ਲਈ ਜਾਂਦੀ ਹੈ ਜਦੋਂ ਮੁਲਜ਼ਮ ਜਿਹੜਾ ਉੱਥੇ ਕਟਾਰੇ ਦੇ ਵਿੱਚ ਮੌਜੂਦ ਹੋਵੇ ਉੱਥੇ ਅਦਾਲਤ 'ਚ ਮੌਜੂਦ ਹੋਵੇ ਤੇ Imran Khan ਹੋਰੀ ਤਾਂ ਉੱਤੇ ਹੈ ਸਨ ਪਰ 부ਸ਼ਰਾ ਬੀਬੀ ਹੋਰੀ ਉੱਥੇ ਨਹੀਂ ਸਨ ਜਿਹਦੇ ਤੇ ਵਕੀਲ ਨੇ ਆਖਿਆ ਕਿ ਬਈ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਸੀ ਉਹ ਚਲੀਆਂ ਗਈਆਂ ਅਦਾਲਤ ਦੇ ਜਿਹੜੇ ਜੱਜ ਸਨ ਉਹਨਾਂ ਨੇ ਆਖਿਆ ਬਈ ਕਿਦਾਂ ਹੋ ਗਈ ਇੱਕਦਮ ਕਿਦਾਂ ਚਲੀਆਂ ਗਈਆਂ ਤੁਸੀਂ ਦੱਸੋ ਕਿ ਉਹਨਾਂ ਨੂੰ ਕੋਈ ਲੈ ਕੇ ਗਿਆ ਜਾਂ ਆਪ ਗਈਆਂ ਨੇ ਤੇ ਇਹਦੇ ਬਾਰੇ ਵਿੱਚ ਜਿਹੜੇ ਜੇਲ ਦੇ ਕੈਲ ਜ਼ਿੰਮੇਦਾਰ ਨੇ ਉਹਨਾਂ ਦੀ ਵੀ ਫੜਾ ਟੜਾ ਤੇ ਕਿ ਜੀ ਉਹਨਾਂ ਨੇ ਪੁੱਛਿਆ ਜਾ ਰਿਹਾ ਕਿ ਵੀ ਤੁਸੀਂ ਕਿੱਥੇ ਬੈਠੇ ਸੀ ਵੀ ਜਦੋਂ ਗਈਆਂ ਨੇ ਇਹਦੇ ਬਾਅਦ ਸਾਨੂੰ ਰਿਪੋਰਟ ਦਿਓ ਇਹਦੇ ਬਾਰੇ ਸਾਨੂੰ ਜਾਣਕਾਰੀ ਪੂਰੀ ਦਿਓ ਕਿ ਵੀ ਉਹ ਇਥੋਂ ਕਿੱਦਾਂ ਨਿਕਲੀਆਂ ਨੇ ਕਿੱਦਾਂ ਗਈਆਂ ਨੇ ਪਰ ਇਹ ਦੱਸਿਆ ਜਾ ਰਿਹਾ ਕਿ ਅਜੇ ਤੱਕ ਬੁਸ਼ਰਾ ਬੀਬੀ ਹੋਰਾਂ ਦਾ ਕੁਝ ਪਤਾ ਨਹੀਂ ਹੈਗਾ ਕਿ ਉਹ ਕਿੱਥੇ ਹੈ ਠੀਕ ਹੈ ਉਹ ਉਸ ਵੇਲੇ ਤੇ ਅਦਾਲਤ ਚ ਨਿਕਲ ਗਈਆਂ ਨੇ ਪਰ ਇਹ ਹੋਇਆ ਕਿ ਫਰਦੇ ਜੁਰਮ ਲੱਗਣ ਦੇ ਦੌਰਾਨ ਜੇ ਉਹ ਉੱਥੇ ਮੌਜੂਦ ਹੁੰਦੀਆਂ ਤੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਸੀ ਤੇ ਉਹਨਾਂ ਨੂੰ ਵੀ ਜੇਲ੍ਹ ਚ ਪਾਇਆ ਜਾ ਸਕਦਾ ਸੀ ਅੱਛਾ ਇਹਦੇ ਬਾਅਦ ਜਿਹੜਾ ਵਕੀਲ ਸੀ ਉਹਨੇ ਆਖਿਆ ਕਿ ਭਈ ਤੁਸੀਂ ਫਰਦੇ ਜੁਰਮ ਲਾ ਲਓ ਠੀਕ ਹੈ ਨਾ ਤੁਸੀਂ ਫਰਦੇ ਜੁਰਮ ਲਾ ਦਿਓ ਜਿਸ ਕਰਕੇ ਤੁਸੀਂ ਫਰਦੇ ਜੁਰਮ ਜਾਂ ਪ੍ਰੋਸੀਕਿਊਸ਼ਨ ਹੈਗਾ ਉਹ ਆਪਣਾ ਕੇਸ ਆਪਣਾ ਕੰਮ ਕਰਦਾ ਰਵੇ ਫਰਦੇ ਜੁਰਮ ਲਾਓ ਜਿਹੜਾ ਕੇਸ ਹੈਗਾ ਇਹ ਅੱਜ ਅਜੇ ਚੱਲ ਸਕਦਾ ਅੱਗੇ ਕਿਉਂਕਿ 8 ਫਰਵਰੀ ਜਿਹੜੀ ਉਹ ਅਜੇ ਥੋੜੀ ਜਿਹੀ ਦੂਰ ਹੈਗੀ ਹੈ ਤੇ ਆਖਿਆ ਜਾ ਰਿਹਾ ਜਨਾਬ ਕਿ ਬੁਸ਼ਰਾ ਬੀਬੀ ਜਿਹੜੀਆਂ ਉਹਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਹੈਗਾ ਕਿਉਂਕਿ ਜੇ ਪਤਾ ਲੱਗ ਜਾਏਗਾ ਕਿ ਉਹ ਕਿੱਥੇ ਨੇ ਤੇ ਹੋ ਸਕਦਾ ਹੈ ਉਹਨਾਂ ਨੂੰ ਉੱਥੋਂ ਹੀ ਗ੍ਰਿਫਤਾਰ ਕਰ ਲਿਆ ਜਾਏ। ਅਰ ਇਹਦੇ ਨਾਲ ਨਾਲ ਗੱਲ ਇੱਥੇ ਨਹੀਂ ਮੁੱਕੀ ਗੱਲ ਜਨਾਬ ਅੱਗੇ ਪਹੁੰਚੀ ਹੈ ਜੀ ਇਮਰਾਨ ਖਾਨ ਹੋਰ ਹੁੰਦੇ ਬਹੁਤ ਹੀ ਖਾਸ ਤੇ ਕਰੀਬੀ ਪਾਕਿਸਤਾਨ ਆਮ ਮੀ ਤਹਿਰੀਕ ਦੇ ਪ੍ਰਧਾਨ ਸ਼ੇਖ ਰਸ਼ੀਦ ਹੋਰਾਂ ਦੀ ਸ਼ੇਖ ਰਸ਼ੀਦ ਹੋਰੀ ਉਹ ਬੰਦਾ ਸੀ ਜਿਹੜਾ ਬਹੁਤ ਹੀ ਲਾਇਲ ਹੋ ਕੇ ਇਮਰਾਨ ਖਾਨ ਹੋਰਾਂ ਦੇ ਨਾਲ ਚੱਲ ਰਹੇ ਸਨ ਉਹਨਾਂ ਨੇ ਇਮਰਾਨ ਖਾਨ ਹੋਰਾਂ ਦੀ ਮੁਹੱਬਤ ਦੇ ਵਿੱਚ ਕਹਿ ਲੋ ਕਿ ਜੇਲ ਵੀ ਕੱਟੀ ਉਹਨਾਂ ਤੇ ਵੀ ਜਿਹੜੀ ਇੱਕ ਜ਼ਮਾਨਤ ਉਹਨਾਂ ਦੀ ਸੀ 9 ਮਈ ਵਾਲੇ ਮਾਮਲਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਫੜਤ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਹੋਈ ਫਿਰ ਉਸ ਤੋਂ ਬਾਅਦ ਜਨਾਬ ਉਹਨਾਂ ਨੂੰ ਇਹ ਆ ਕਿਹਾ ਗਿਆ ਜੀ ਉਹ ਜ਼ਮਾਨਤ ਤੇ ਰਿਹਾ ਸਨ ਬਾਹਰ ਸਨ ਪਰ ਅਚਾਨਕ ਤੋਈ ਉਹਨਾਂ ਨੂੰ ਐ 라ਵਲਪਿੰਡੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ 9 ਮਈ ਵਾਲੇ ਮਾਮਲੇ ਤੇ ਕਿ ਜੀ ਉਸ ਦਿਨ ਜਿਹੜੀ ਤੋੜਫੜ ਹੋਈ ਸੀ ਉਸ ਮਾਮਲੇ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਸਲ ਚ ਮਕਸਦ ਸਿਰਫ ਇਹ ਵੇ ਕਿ ਕੋਈ ਵੀ ਬੰਦਾ ਕੋਈ ਵੀ ਪਾਰਟੀ ਮੈਂਬਰ ਜਿਹੜਾ ਕਿ ਬਾਹਰ ਬਹਿ ਕੇ ਮਾਮਲਿਆਂ ਨੂੰ ਹੈਂਡਲ ਕਰ ਲਵੇ ਪੀਟੀਆਈ ਦੇ ਸਾਰੇ ਮਾਮਲਿਆਂ ਨੂੰ ਦੇਖ ਲਵੇ ਉਹ ਇਦਾਂ ਦੇ ਕਿਸੇ ਵੀ ਬੰਦੇ ਨੂੰ ਉਥੇ ਰਿਆਏ ਨਹੀਂ ਜਾਂਦੇ ਦੇ ਜਾ ਰਿਆ ਜਿਦਾਂ ਕਿ ਹੁਣ 부ਸ਼ਾ ਬੀਬੀ ਹੋਰੀ ਹੋ ਗਏ ਉਸ ਤੋਂ ਬਾਅਦ ਸ਼ੇਖ ਰਸ਼ੀਦ ਹੋਰੀ ਹੋ ਗਏ ਮਤਲਬ ਇਹ ਵੇ ਕਿ ਕਿਤੇ ਵੀ ਸੋਖਲ ਅਲੀ ਗੱਲ ਨਹੀਂ ਐ ਸੋਖਾਲਤਾ ਅਲੀ ਗੱਲ ਕਿਤੇ ਨਹੀਂ ਹੈਗੀ ਹਰ ਪਾਸੇ ਰੋੜੇ ਜਿਹੜੇ ਨੇ ਉਹ ਰਾਜ ਢਕਾਏ ਜਾ ਰਹੇ ਨੇ ਪਰ ਇਮਰਾਨ ਖਾਨ ਹੋਰਾਂ ਨੇ ਫਿਰ ਵੀ ਆਪਣੀ ਪਾਰਟੀ ਮੈਂਬਰਸ ਨੂੰ ਸਾਰਿਆਂ ਨੂੰ ਇਹੀ ਆਖਿਆ ਕਿ ਭਈ ਤੁਸੀਂ ਹਿੰਮਤ ਨਹੀਂ ਹਾਰਨੀ ਤੁਸੀਂ ਹਰ ਤਰ੍ਹਾਂ ਹਰ ਜਿਹੜਾ ਨਾ ਕੈਲੋ ਪ੍ਰੋਬਲਮ ਖੜੀ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਉਹਦਾ ਮੁਕਾਬਲਾ ਕਰਨਾ ਡਟ ਕੇ ਮੁਕਾਬਲਾ ਕਰਨਾ ਇਸ ਤੋਂ ਬਾਅਦ ਨਾ ਗੱਲ ਆ ਗਈ ਜਿੱਦਾਂ ਅਸੀਂ ਪਹਿਲੇ ਇਹ ਕਹਿ ਰਹੇ ਸਾਂ ਕਿ ਜਿਹੜੇ ਪਾਰਟੀ ਮੈਂਬਰਸ ਹੁਣ ਚੋਣਾਂ 'ਚ ਖਲੋਣ ਜਾ ਰਹੇ ਨੇ ਉਹਨਾਂ ਵਾਸਤੇ ਔਖਲਾ ਕਿੱਦਾਂ ਕ੍ਰੀਏਟ ਹੋਣੀਆਂ ਨੇ ਇਹ ਹੁਣ ਕਿੱਦਾਂ ਬਣਨਗੀਆਂ ਉਹਨਾਂ ਵਾਸਤੇ ਔਖਲਾ ਕਿਦਾਂ ਉਹਨਾਂ ਵਾਸਤੇ ਔਖਲਾ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਹੋਇਆ ਇਹ ਵੀ ਕਿ ਜਦੋਂ ਅਦਾਲਤੀ ਫੈਸਲਾ ਆਇਆ ਬੱਲੇ ਦਾ ਨਿਸ਼ਾਨ ਪੀਟੀਆਈ ਕੋਲ ਖੋ ਲਿਆ ਗਿਆ ਤੇ ਕੀ ਹੋਇਆ ਕਿ ਜਿਹੜੇ ਪਾਰਟੀ ਮੈਂਬਰਸ ਸਨ ਜਾਂ ਜਿਹੜੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਹਮੇਸ਼ਾ ਉਹਨਾਂ ਨੂੰ ਇਮਰਾਨ ਖਾਨ ਹੋਰਾਂ ਨੇ ਕਿਹਾ ਸੀ ਕਿ ਕੋਈ ਤੋੜ-ਫੋੜ ਨਹੀਂ ਕਰਨੀ ਕਿਤੇ ਬਾਹਰ ਨਹੀਂ ਜਾਣਾ ਕਿਤੇ ਮਤਲਬ ਬਾਹਰ ਨਹੀਂ ਨਿਕਲਣਾ ਕਿਤੇ ਕੋਈ ਤੋੜ-ਫੋੜ ਨਹੀਂ ਕਰਨੀ ਕਿਤੇ ਕੋਈ ਇਤਜਾਜ ਨਹੀਂ ਕਰਨਾ ਭਈ ਉਹ ਆਪਣੇ ਘਰਾਂ ਦੇ ਵਿੱਚ ਡਟ ਕੇ ਬੈਠੇ ਨਾ ਆਰਾਮ ਸਕੂਨਰ ਰਜ਼ਾਈਆਂ ਤੇ ਬਹਿ ਕੇ ਮੂੰਗਫਲੀ ਖਾ ਰਹੇ ਪਰ ਸੋਸ਼ਲ ਮੀਡੀਆ ਦਾ ਤਾਂ ਕਿਸੇ ਨੇ ਤੁਸੀਂ ਡੱਕ ਸਕਦੇ ਤੁਸੀਂ ਕਿਸੇ ਨੇ ਕਹਿ ਸਕਦੇ ਵੀ ਤੂੰ ਆਪਣਾ ਮੋਬਾਈਲ ਨਾ ਫੜ ਦੌਰ ਸੋਸ਼ਲ ਮੀਡੀਆ ਦਾ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਜਿਹੜੇ ਅਦਾਲਤੀ ਫੈਸਲਾ ਸੀ ਜਿਹੜੇ ਅਦਾਲਤੀ ਜੱਜ ਸਨ ਉਹਨਾਂ ਦੇ ਬਾਰੇ ਦੇ ਵਿੱਚ ਮੀਮਸ ਬਣਾਉਣੀ ਸ਼ੁਰੂ ਕਰ ਦਿੱਤੀਆਂ ਉਹਨਾਂ ਮੀਮਸ ਨੂੰ ਆਪਣੇ ਟਿਕਟੌਕ ਅਕਾਊਂਟ ਆਪਣੇ YouTube ਅਕਾਊਂਟਸ ਤੇ ਉੱਤੇ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਤੇ ਜਨਾਬ ਅਦਾਲਤ ਜੜੀ ਉਹਨੂੰ ਗੁੱਸਾ ਆ ਗਿਆ ਅਦਾਲਤ ਨੂੰ ਗੁੱਸਾ ਆਇਆ ਤੇ ਉਹਨਾਂ ਨੇ ਆਖਿਆ ਜੀ ਪੀਟੀਆਈ ਦੇ ਆ ਜਿਹੜੇ ਹਾਮੀ ਨੇ ਨਾ ਜਿਨ੍ਹਾਂ ਨੇ ਜੱਜਾਂ ਦੇ ਬਾਰੇ ਦੇ ਵਿੱਚ ਮੀਮਸ ਬਣਾਈਆਂ ਨੇ ਲੋ ਜੀ ਇਹਨਾਂ ਤੇ ਅਦਾਲਤ ਦੇ ਖਿਲਾਫ ਹੋਣ ਤੇ ਤੇ ਜਿਹੜਾ ਨਾ ਇਹਨਾਂ ਨੂੰ ਇਹਨਾਂ ਦੀ ਹੁਣ ਫੜਤੜ ਹੋ ਗਈ ਹੁਣ ਗੱਲ ਇੱਥੇ ਨਹੀਂ ਮੁੱਕਦੀ ਗੱਲ ਇਹ ਵੇ ਕਿ ਇਹ ਜਿਹੜੇ ਚਲੋ ਕੁਝ ਟਿਕਟੋਕਰਸ ਨੂੰ ਤਾਂ ਫੜਿਆ ਜਾਏਗਾ ਪਰ ਇਹਦੇ ਪਿੱਛੇ ਪਿੱਛੇ ਹੋਰ ਕੌਣ ਹੋਣਗੇ ਹੋਰ ਉਹ ਪਾਰਟੀ ਮੈਂਬਰਸ ਹੋਣਗੇ ਜਿਨ੍ਹਾਂ ਨੂੰ ਟਿਕਟ ਦਿੱਤੇ ਗਏ ਨੇ ਜਿਨ੍ਹਾਂ ਨੂੰ ਇਹ ਇਹ ਸਿਕ ਉਹਦੇ ਵਿੱਚ ਘੇਰੇ ਦੇ ਵਿੱਚ ਲਿਆਂਦਾ ਜਾਏਗਾ ਵੀ ਇਹਨਾਂ ਨੇ ਇਹ ਕੰਮ ਕਰਵਾਏ ਨੇ ਤੇ ਹੁਣ ਉਹਨਾਂ ਨੂੰ ਫੜਾਇਆ ਜਾਏ ਤੇ ਗੱਲ ਜਿਹੜੀ ਇਹ ਗੱਲ ਹਿੰਮਤ ਹੌਸਲੇ ਦੀ ਹੈ ਪਾਰਟੀ ਜਿਹੜੀ ਇਹ ਉਹ ਆਪਣੀ ਹਿੰਮਤ ਹੌਸਲਾ ਨਹੀਂ ਛੱਡ ਰਹੀ ਜਿੰਨੀਆਂ ਵੀ ਔਖਲਾਉਣਾਂ ਵਾਸਤੇ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ ਉਹ ਸਾਰੀਆਂ ਦਾ ਮੁਕਾਬਲਾ ਕਰਨ ਦੇਣ ਅੱਛਾ ਇਹਦੇ ਵਾਸਤੇ ਅਦਾਲਤੀ ਫੈਸਲੇ ਤੋਂ ਬਾਅਦ ਜਦੋਂ ਮੀਮਸ ਵਗੈਰਾ ਬਣ ਗਈਆਂ ਤੇ ਫਿਰ ਫੈਡਰਲ ਗਵਰਨਮੈਂਟ ਨੇ ਇਹਦੇ ਵਾਸਤੇ ਜੇ ਆਈਟੀ ਬਣਾ ਛੱਡੀ 14 ਮੈਂਬਰਾਂ ਦੀ ਇਹ JIT ਯਾਨੀ ਕਿ ਜੁਆਇੰਟ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਜਿਦੇ ਵਿੱਚ ਇਹ AISAI ਦੇ ਵੀ ਕੁਝ ਲੋਕ ਨੇ ਤੇ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਦੇ ਵੀ ਕੁਝ ਲੋਕਾਂ ਨੂੰ ਇਹਦਾ ਹਿੱਸਾ ਬਣਾਇਆ ਗਿਆ ਤੇ ਉਹਨਾਂ ਨੇ ਆਖਿਆ ਕਿ ਜੀ ਇਹ ਜਿਹੜੇ ਸਾਰੇ ਹੈਗੇ ਨੇ ਰਲ ਮਿਲ ਕੇ ਇੱਕ ਉਹਦਾ ਕਰਨ ਉਹਨਾਂ ਨੂੰ ਲੱਭਣ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਠੀਕ ਹੈ ਗੱਲ ਜਿਹੜੀ ਉਹ ਅਸਲ ਸਿਰਫ ਇਹੀ ਹੈ ਕਿ ਕਿਸੇ ਪਾਸਿਓਂ ਵੀ ਅਸੀਂ ਬਾਹਰ ਨਹੀਂ ਨਿਕਲਣਦੇ ਨਾ ਕਿਸੇ ਨੂੰ ਵੀ ਪਰ ਇਹ ਫੈਸਲੇ 8 ਫਰਵਰੀ ਨੂੰ ਹੋ ਜਾਣਗੇ ਕਿ ਕੌਣ ਜਿਹੜਾ ਜਿੱਤਦਾ ਹੈ ਕੌਣ ਹਾਰਦਾ ਹੈ ਤੇ ਪਾਰਟੀ ਵਾਸਤੇ ਜਿੰਨੀਆਂ ਵੀ ਔਖਲਾਂ ਬਣਾਈਆਂ ਜਾਂ ਜਾਂ ਜਿੱਤੇ ਵੀ ਉਹਨਾਂ ਨੂੰ ਖੜਾ ਕੀਤਾ ਜਾਏ ਜਾਂ ਜੋ ਵੀ ਉਹਨਾਂ ਵਾਸਤੇ ਕੀਤਾ ਜਾਏ ਉਹਦੇ ਬਾਅਦ ਇਹ ਵੀ ਕਿ ਫੈਸਲਾ ਜਿਹੜਾ ਉਹ 8 ਫਰਵਰੀ ਨੂੰ ਹੋਣਾ ਹੈ ਜੇ ਇੱਥੇ ਜੇ ਅਸੀਂ ਗੱਲਬਾਤ ਕਰਦੇ ਜਾਈਏ دوسری ਪਾਰਟੀਆਂ ਦੀ ਥੋੜੀ ਜੀ ਗੱਲਬਾਤ ਅਸੀਂ ਕਰੀਏ ਤੇ ਮਰੀਮ ਨਵਾਜ਼ ਹੋਰਾਂ ਦਾ ਆਖਣਾ ਹੈ ਕਿ ਜਨਾਬ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਇੱਥੇ ਕਹ ਲੋ ਕਿ ਤਰੱਕੀ ਰੁਕ ਗਈ ਸੀ ਪਾਕਿਸਤਾਨ ਦੇ ਵਿੱਚ ਗੁਰਬਤ ਦੇ ਵਿੱਚ ਡੁੱਬ ਗਏ ਸਨ ਤੇ ਉਥੇ ਸੜਕਾਂ ਨਹੀਂ ਬਣਣ ਡੀਆਂ ਸਨ ਤੇ ਉਥੇ ਕੋਈ ਕੰਮ ਨਹੀਂ ਹੋ ਰਿਹਾ ਸੀ ਕਿਤੇ ਵੀ ਵਧੀਆ ਕੋ ਕੰਮ ਨਹੀਂ ਹੋ ਰਿਹਾ ਸੀ ਬਈ ਜਿੰਨੀ ਦੇਰ ਅਸੀਂ ਸਾਡੀ ਸਰਕਾਰ ਰਹੀ ਉਥੇ ਬਹੁਤ ਵਧੀਆ ਕੰਮ ਹੁੰਦਾ ਰਿਹਾ ਤੇ ਲੋ ਜੀ 8 ਫਰਵਰੀ ਨੂੰ ਇਸ ਚੈ ਦਾ ਵੀ ਫੈਸਲਾ ਹੋਏਗਾ ਇਹਦੇ ਤੋਂ ਇਲਾਵਾ ਜਨਾਬ ਜਿਹੜਾ ਗੱਲ ਕਰੀਏ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਜਿਹੜੇ ਹੈਗੇ ਨੇ ਬਲਾਵਲ ਪੁੱਟੋ ਹੋਰੀ ਉਹਨਾਂ ਨੇ ਜਨਾਬ ਇਹ ਆਖਿਆ ਹੈ ਕਿ ਜਿਹੜੇ ਅਸੀਂ ਆਪਣਾ ਮਨਜ਼ੂਰ ਦੇ ਦਿੱਤਾ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਅਸੀਂ ਮਦਦ ਕਰਾਂਗੇ ਉਹਨਾਂ ਨੂੰ ਅਸੀਂ ਘਰ ਬਣਾਉਣ ਵਾਸਤੇ ਪੈਸੇ ਦੇਵਾਂਗੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਜੀ ਅਸੀਂ ਬੱਚਿਆਂ ਨੂੰ ਇੱਕ ਟਾਈਮ ਦਾ ਲੰਚ ਦਿਆ ਕਰਾਂਗੇ ਤੇ ਜਿਹੜੇ ਗਰੀਬ ਔਰਤਾਂ ਨੇ ਉਹਨਾਂ ਦੀ ਮਦਦ ਕਰਿਆ ਕਰਾਂਗੇ ਤੇ ਜਿਹੜਾ ਵੈਲਫੇਅਰ ਇਨਕਮ ਸਪੋਰਟ ਪ੍ਰੋਗਰਾਮ ਹੈਗਾ ਉਹਦੇ ਵਿੱਚ ਵੀ ਅਸੀਂ ਵਾਅਦਾ ਕਰਾਂਗੇ ਯਾਨੀ ਕਿ ਜਿਹੜੇ ਕੋ ਪੈਸੇ ਲੋਕਾਂ ਨੂੰ ਦਿੱਤੇ ਜਾਂਦੇ ਨੇ ਉਹਦੇ ਵਿੱਚ ਵੀ ਵਾਅਦਾ ਕਰਾਂਗੇ ਗੱਲ ਇਹ ਵੇ ਕਿ ਮਦਦ ਕਰ ਮਦਦ ਤੇ ਕਰੋਗੇ ਪਰ ਉਹਨਾਂ ਲੋਕਾਂ ਦੀ ਜਿਹੜੇ ਤੁਹਾਡੇ ਆਪਣੇ ਹੋਣਗੇ ਜਦੋਂ ਤੁਸੀਂ ਵੋਟ ਲੈਣਾ ਹੁੰਦਾ ਉਸ ਤੇ ਤੁਸੀਂ ਇਹ ਸੋਚਦੇ ਹੋ ਕਿ ਬਸ ਹੁਣ ਅਸੀਂ ਸਭ ਦੇ ਸਕੇ ਹਾਂ ਠੀਕ ਹੈ ਤੇ ਲੋਕੀ ਵੀ ਜਿਹੜੇ ਭੋਲੇ ਨੇ ਜਿਹੜੇ ਮਾਸੂਮ ਲੋਕ ਨੇ ਉਹ ਇਤਬਾਰ ਕਰਕੇ ਉਹ ਕਹਿੰਦੇ ਨੇ ਹਾਂ ਜੀ ਠੀਕ ਹੈ ਇਹਨਾਂ ਨੂੰ ਵੋਟ ਦੇਣਿਆ ਭਾਈ ਸਾਡੇ ਵਾਸਤੇ ਸਾਡੇ ਭਲੇ ਦੀ ਗੱਲ ਹੈ ਪਰ ਉਹ ਹੁੰਦੀ ਨਹੀਂ ਕਿਉਂਕਿ ਮੇਰੇ ਆਪਣੇ ਮੁਸ਼ਾਹਦੇ ਦੇ ਵਿੱਚ ਇਹ ਕੁਝ ਚੀਜ਼ਾਂ ਆਈਆਂ ਜਿਹੜਾ ਇਹ ਹੋਇਆ ਕਿ ਜਿਹੜੀਆਂ ਗਰੀਬ ਔਰਤਾਂ ਜਾਂ ਬੇਵਾ ਔਰਤਾਂ ਜਿਨ੍ਹਾਂ ਦੀ ਤੁਸੀਂ ਮਦਦ ਕਰਦੇ ਹੋ ਜਦੋਂ ਜਦਾਂ ਪਾਰਟੀ ਦੇ ਵਿੱਚ ਆ ਜਾਂਦੇ ਨੇ ਤੇ ਉਹ ਜੇ ਕਹਿੰਦੇ ਨੇ ਕਿ ਜੀ ਸਾਡੀ ਮਦਦ ਕਰੋ ਤਾਂ ਉਹਨਾਂ ਨੂੰ ਇਦਾਂ ਦੇ ਏਰੀਆਜ਼ ਦੇ ਵਿੱਚ ਬੁਲਾ ਕੇ ਇਦਾਂ ਦੀਆਂ ਥਾਵਾਂ ਤੇ ਬੁਲਾ ਕੇ ਜਿੱਥੇ ਕਿ ਮੇਰਾ ਖਿਆਲ ਹੈ ਕਿ ਔਰਤਾਂ ਦਾ ਜਾਣਾ ਵੀ ਮਨਮਨੂ ਹੋਏਗਾ ਇਦਾਂ ਦੀਆਂ ਧਾਵਾਂ ਤੇ ਬੁਲਾ ਕੇ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਤੇ ਕਈ ਵਾਰੀ ਇਹ ਹੁੰਦਾ ਹੈ ਕਿ ਐਡੀ ਦੂਰ ਉਹਨਾਂ ਨੂੰ ਸੱਦਿਆ ਜਾਂਦਾ ਹੈ ਕਿ ਜੇ ਤੁਸੀਂ 1000 ਰੁਪਏ ਉਹਨਾਂ ਨੂੰ ਦੇਣਾ ਹੈ ਤਾਂ 1500 ਉਹਨਾਂ ਦਾ ਕਿਰਾਇਆ ਲੱਗ ਜਾਂਦਾ ਹੈਗਾ ਗੱਲ ਇਹ ਵੇ ਕਿ ਜੇ ਔਖਲਾਂ ਤੁਸੀਂ ਖੜੀਆਂ ਕਰਨ ਦੇ ਜਨਾ ਤੇ عوام ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਵਿੱਚ ਸ਼ਹੂਰ ਆ ਗਿਆ ਜਿਹੜੇ ਨਵੀਂ ਸਾਡੀ ਪੀੜ੍ਹੀ ਉਹਨਾਂ ਦੇ ਵਿੱਚ ਸ਼ਹੂਰ ਆ ਗਿਆ ਤੇ ਪਰ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਚੱਲ ਕੋਈ ਨਾ ਕੋਈ ਆਸਰਾ ਜਿਹੜਾ ਹੈ ਨਾ ਉਹ ਹੋ ਜਾਵੇ ਉਹ ਵਿਚਾਰੇ ਅਜੇ ਵੀ ਤੁਹਾਡੇ ਤੇ ਸਾਰੀਆਂ ਕਹ ਲੋ ਕਿ ਅਸੀਂ ਕਿਸੇ ਇੱਕ ਪਾਰਟੀ ਦਾ ਨਾਮ ਨਹੀਂ ਲੈਂਦੇ ਅਸੀਂ ਬਿਲਕੁਲ ਨਿਊਟਰਲ ਹੋ ਕੇ ਗੱਲ ਕਰਨੇ ਆ ਕਿ ਉਹ ਇਸ ਵੇਲੇ ਅਜੀਬ ਖਿਚੜੀ ਜੀ ਪੱਕੀ ਹੋਈ ਹੈ ਪਾਕਿਸਤਾਨੀ ਸਿਆਸਤ ਦੀ ਪਰ ਉਹਦੇ ਵਿੱਚ ਲੋਕੀ ਆਪਣੇ ਆਪਣੇ ਹਿਸਾਬ ਦੇ ਨਾਲ ਵੇਖ ਰਹੇ ਨੇ ਕਿ ਕਿੰਨੇ ਕਿੰਨ ਨੂੰ ਵੋਟ ਪਾਣਾ ਹੈਗਾ ਉਹਦੇ ਵਿੱਚ ਅੱਗੇ ਵੇਹ ਨੇ 8 ਫਰਵਰੀ ਨੂੰ ਕੀ ਹੁੰਦਾ ਤੇ ਅੱਜ ਤੱਕ ਲਈ ਅਪਡੇਟ ਪਾਕਿਸਤਾਨ ਤੋਂ ਹੁਣ ਤੱਕ ਲਈ ਐਨਆਈ ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ ਯੂਐਸਏ ਦੇ ਪੇਜ ਨੂੰ ਲਾਈਕ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਦਿਲ ਦੇ ਬਟਨ ਨੂੰ ਬਿਲਕੁਲ ਪ੍ਰੈਸ ਕਰਨਾ ਨਹੀਂ ਭੁੱਲਣਾ ਪ੍ਰਵੀਨ ਵਸੂਧ ਨੂੰ ਦਿਓ ਇਜਾਜ਼ਤ ਰੱਬ ਰੱਖਾ